Bismillahirrahmanirrahim. Ya daima bil azvalin ya qaima bil fanahin. اللهم صل على محمد وعلى محمد صلوات بلند آواز نال صلوات انج پڑھو مینوں معلوم ہوے بے مجلس ہن شروع ہوئی ہے اعوذ باللہ من الشیطان الرجیم بسم اللہ الرحمن الرحیم الحمد للہ رب العالمین الصلاۃ والسلام علی من کان نبیاً آدم بن الماء والتین نبی توجی صلوات صاحب تاج والمعراج والا خیہی و وزیرہی و وارث علمہی علم الاولین والآخرین یا سب الدین امیر المومنین نعرہ حیدری میں پیدا یہ نور کی سریکی دیاں ربائیاں سن دے رہے ہو کائی اردو دی سن لو مطلب کہنا پسند آوے یہ نور کی کرنیں نہیں ہیں شمس و قمر کی میری ساری زندگی کوشش رہی ہے ذاکری نو ہر رنگ وچ میں بیان کراں اور کیا کراں پھس گیا وہ جڑی شے گئے نو پسند آ گئی انہوں نے تے کھلاری رکھے بندیا جیندیاں نال گل ہے گل موہیاں دی ہے کریندا جیندیاں نال پیا جڑی گل مرن تو بعد تساں پچھنی ہے میرا دل جیندیاں پوچھ لو جنت جوان باسو تو اتے فرشتے رو پوچھنا پوسی بھئی چانن کے ایب سورج کوئی نہیں چان کوئی نہیں ستارے کوئی نہیں یہ چانن کے ہے جڑی گل اتے پوچھنی نہیں انہیں ایک لازا مینو فرشتہ سمجھ لو پر فرشتے دی باڈی ہے جو ہوندی تو نہیں ایک لازا واسطے ادھار سمجھ لو فرشتہ نیڑے لگ سی مومن انجے وانج باسن کٹھے فرشتہ تو پوچھ سے نے روشنی کیسی فرشتہ سی یہ نور کی نور کی کرنے نہیں آئے شمس و قمر کی دراصل یہ اوصاف امامت کی دمک ہے فرشتہ سی جنت میں کسی بات پہ ہنسنے نہ ہنسے یہ نور تو حسنین کے دانتوں کی چمک ہے الحمدللہ کوئی تو اڈا ایک لمحہ ضائع نہیں کیتا سلوات پڑھائیے تا ہی عبادت گانا نعرے دو مرال انت عبادت ہی ہے مولوی ختم پہ پڑھتا ہی تے بارو ملنگا کھلا خدا کہ حضرت صاحب جو ایمان اچ بیٹھے ہو تو میری طرف چالی ختم قرآن دا اس مویو دے روح نو بخشو ساکن لگ گئے ہو یا بولے کرو یا نہ بولے
ਉਸ ਵੇਲੇ ਮੌਲੀ ਸਾਹਿਬ ਹੋਰ ਆ ਗਿਆ, ਵੇਖੋ ਚਾਲੀ ਖਤਮ ਹੀ ਵੇਖੋ, ਮਲੰਗ ਨੂੰ ਹੀ ਵੇਖੋ। ਮਲੰਗ ਆਖਿਆ ਮੈਂ ਹੀ ਤਾਂ ਹੀ ਪਹਿਲੂ ਪੁੱਛਿਆ, ਜੇ ਹਜ਼ਰਤ ਇਮਾਨ 'ਚ ਹੋ ਤਾਂ ਮੈਂ ਗੱਲ ਕਰਾਂ। ਉਹਦਾ ਕਿ ਤੂੰ ਆਖਣਾ ਕਿ ਚਾਹੁੰਦਾ, ਇਜਾਜ਼ਤ ਦੇ ਭਾਈ ਜਾਨ। ਗੱਲ ਯਾਦ ਹੈ, ਚਾਲੀ ਖਤਮ ਕੁਰਾਨ ਦਾ, ਉਹਦਾ ਕਿ ਮੈਂ ਇਸ ਵਾਸਤੇ ਆਖਿਆ ਹੈ, ਮੈਂ ਕਿ ਜੇ ਇਮਾਨ 'ਚ ਤਾਂ ਮੈਂ ਗੱਲ ਕਰਾਂ। ਉਹਦਾ ਕਿ ਤੂੰ ਤਸ਼ਰੀਹ ਕਰ, ਉਹਦਾ ਕਿ ਮੈਂ ਘਰੂ 'ਚ ਆ ਕੇ ਅਤੇ ਬੂਹੇ ਦੇ ਆਉਂਦਿਆਂ ਤਾਂ ਹੀ ਚਾਲੀ ਮਕਾਮ 'ਤੇ ਅਲੀ ਦੇ ਨਾਂ ਦਾ ਨਾਰਾ ਮਾਰਿਆ। ਹੁਣ ਦੱਸ ਜੇ ਚਾਲੀ ਖਤਮ ਬਣਦਾ ਹੈ ਤਾਂ ਵੱਧ ਬਖਸ਼, ਨਾਮੇ ਅਲੀ ਦਾ ਨਾਰਾ ਮਰਾਇਆ ਖਤਮ ਮਿਲਦਾ ਹੈ ਕੁਰਾਨ ਦਾ, ਲਵਣ ਵਾਲੇ ਦੀ ਮਰਜ਼ੀ ਕਿਹੜੀ ਨੀਅਤ ਨਾਲ ਨਾਰਾ ਮਰਿੰਦਾ ਹੈ। ਅਤੇ ਦਰੂਦ ਇਮਾਨ ਦੀ ਗਵਾਹੀ ਹੈ, ਬੇਈਮਾਨ ਤੂੰ ਪੜ੍ਹੀਂਦਾ ਨਹੀਂ, ਇਮਾਨ ਵਾਲਾ ਦਰੂਦ ਤੂੰ ਰਾਂਦਾ ਨਹੀਂ। ਆ ਦੋ ਕੰਮ ਤੋਂ ਅਧਰੂ ਕਰਾਇਆ ਅਤੇ ਬਾਕੀ ਤਾਂ ਬਾਨੀ ਦੀ ਡਿਊਟੀ ਹੈ ਜਾਂ ਅਸਾਂ ਜ਼ਾਕਰਾਂ ਦੀ। ਇੱਕ ਉੱਚੀ ਸਲਵਾਤ ਵਾਲੇ ਰਸੂਲ 'ਤੇ ਪੜ੍ਹ ਲਓ। ਮੈਂ ਮਜਲਿਸ ਨੂੰ ਇੰਤਹਾਈ ਮੁਖਤਸਰ ਕਰੇਂ ਦੋਇਆ, ਮਸਾਇਬ ਦੀਆਂ ਚਾਰ ਸਤਰਾਂ ਆਖਣੀਆਂ ਨੇ, ਕੋਈ ਇੱਕ ਜੁਮਲਾ ਹੀ ਫਜ਼ਾਇਲ ਦਾ ਨਹੀਂ ਆਖਣਾ। ਇਸਲਾਮ ਦਾ ਤਾਲਕ ਇਤਾਅਤ ਹੈ। ਜਿਹੜੇ ਬੰਦੇ ਨੂੰ ਇਤਾਅਤ ਸਮਝ ਨਹੀਂ ਆਈ ਉਸ ਬੰਦੇ ਬੇਵਜ੍ਹਾ ਜ਼ਿੰਦਗੀ ਗੁਜ਼ਾਰੀਏ। ਅਗਰ ਲੋਕਾਂ ਨੂੰ ਇਤਾਅਤ ਦਾ ਸ਼ਊਰ ਆ ਵੈਂਦਾ ਤਾਂ ਅੱਜ ਟੋਲੇ ਹੀ ਨਾ ਬਣਨ। ਆ ਜਿਤਨੇ ਤਾਈਂ ਇਸਲਾਮ ਦੀ ਦਸਤਾਰ ਸਹੀਦਾਂ ਦੇ ਸਿਰ 'ਤੇ ਰਹੀਏ, ਬੰਦੇ ਚੋਰੀ ਜ਼ਹਿਰ ਦਿੰਦੇ ਹਨ, ਨਮਾਜ਼ 'ਚ ਮਰੇਂਦੇ ਹਨ, ਲੁੱਕ ਕੇ ਮਰੇਂਦੇ ਹਨ। ਤਾਂ ਜਦੋਂ ਦੀ ਇਹ ਦਸਤਾਰ ਉਮਤੀਆਂ ਦੇ ਸਿਰ 'ਤੇ ਆਈਏ, ਵਤਦਾਂ ਦੇ ਲੋਕ ਹੁਸੈਨ ਜਿਹੀ ਜ਼ਾਤ ਨੂੰ ਬਾਗੀ ਸੱਡਣ ਲੱਗ ਪਏ। ਇਸਲਾਮ ਦਾ ਸ਼ਊਰ ਹੀ ਨਹੀਂ ਲੋਕਾਂ ਨੂੰ। ਜਿੱਥੋਂ ਇਮਾਮਾ ਟੁਰਿਆ ਹੈ ਉਸ ਦਾ ਹਯਾ 'ਚ ਵੇਖਣਾ, ਤਾਂ ਸਈਦਾਂ ਦਾ ਹਯਾ ਸਾਰੀ ਜ਼ਿੰਦਗੀ ਨਾ ਭੁੱਲਣਾ। ਦੀਨ ਮੁਸਤਫਾ ਦੀ ਵਜ੍ਹਾ ਤੋਂ ਆਇਆ, ਹਿਦਾਇਤ ਦਾ ਮਰਕਜ਼ ਮੁਸਤਫਾ ਹੈ। ਜੇ ਰਸੂਲ ਹਜਰ ਅਸਵਦ ਇੱਕ ਵਾਰੀ ਚੁੰਮਦਾ ਹੈ, ਕਈ ਲਾਸ਼ਾਂ ਮੈਂ ਤਾਂ ਵੇਖ ਆਇਆ ਨਾ ਮੱਕੇ, ਜਵਾਨ ਜਵਾਨ ਮੋਏ ਪਏ ਹੁੰਦੇ ਹਨ ਰਸੂਲ ਦੀ ਇਸ ਹਿੱਕ ਨਕਲ ਕਰਨ 'ਤੇ। ਹਜਰ ਅਸਵਦ ਦਾ ਬੋਸਾ ਲਵਣਾ, ਕਿਹੜਾ ਸਖਤਗੀਰ ਮੁਸਲਮਾਨ ਹੈ, ਨਬੀ ਇੱਕ ਵਾਰੀ ਚੁੰਮਿਆ ਤੂੰ ਮਰ ਵਜੇ ਤਾਂ ਹੀ ਬੋਸਾ ਲੈਣਾ, ਅਤੇ ਜਿਹਨੂੰ ਚੁੰਮਦਾ ਚੁੰਮਦਾ ਰੱਜਦਾ ਨਾਈ ਤੂੰ ਉਹਦੀ ਕਰਬਲਾ ਵਹਿੰਦਾ ਹੀ ਨਾ। ਇੱਥੋਂ ਲੱਗਦਾ ਹੈ ਤੇਰਾ ਅਮਲ ਕੁਝ ਹੋਰ ਏ, ਤੇਰੀ ਨੀਅਤ ਕੁਝ ਹੋਰ। ਥੱਕੇ ਤਾਂ ਨਹੀਂ ਬੈਠੇ? ਇਸਲਾਮ ਇਤਾਅਤ ਮੰਗਦਾ ਹੈ। ਮੈਂ ਬਾਰ ਬਾਰ ਆਖੀ ਰੱਖਸਾਂ, ਤੂੰ ਪੂਰੀ ਕਰਬਲਾ ਨੂੰ ਵੇਖ, ਇਤਾਅਤ ਤੇ ਮਬਨੀ ਹੈ। ਜਿਹੜੇ ਬੰਦੇ ਇਤਾਅਤ ਦੇ ਜੁਮਲਿਆਂ ਤੇ ਕਰਬਲਾ ਦਾ ਸ਼ਊਰ ਬੰਦਿਆਂ ਨੂੰ ਦੇਵਣ, ਉਹਦੀ ਮਜਲਿਸ ਫੇਲ ਹੋ ਗਈ ਸੀ। ਮਗਰ ਮੇਰੀ ਫੇਲ ਹੋ ਗਈ, ਪਾਸ ਹੋਵੇ, ਮੈਂ ਗੱਲ ਕਰ ਤੇ ਵੰਜਣਾ। ਇਤਾਅਤ ਦਾ ਜਿਹੜੇ ਨੂੰ ਸ਼ਊਰ ਆ ਗਏ, ਜਨਾਬ ਅਬਾਸ ਨੇ ਫਜ਼ਲ ਨੂੰ ਖਿਆਮ 'ਚੋਂ ਨਿਕਲਦਾ ਰਿੱਠਾ ਪੁੱਤਰ ਕਿਤੇ ਵਹੀਨਾ, ਅੰਮਾ ਆਖਿਆ ਵੰਜ ਕਹਿ ਫੌਜੀ ਤੋਂ ਪੁੱਛਾ ਨਜਫ ਦਾ ਰਾਹ ਕਿਤੇ। ਪੁੱਤਰ ਦਾ ਹੱਥ ਨਪਕਿਆ, ਦਿਨ ਮੇਰੇ ਨਾਲ ਵਾਪਸ ਆ, ਮੈਂ ਤੇਰੀ ਮਾਂ ਨਾਲ ਇੱਕ ਗੱਲ ਕਰ ਲਵਾਂ। ਸੈਯਦਾ ਦਾ ਤੂੰ ਜੋ ਫਜ਼ਲ ਨਵਾਨੀ ਹੈ, ਰਾਹ ਪੁੱਛ ਨਜਫ ਦਾ, ਮੈਂ ਏਡਾ ਕਮਜ਼ੋਰ ਤਾਂ ਨਹੀਂ ਹੋ ਗਿਆ ਕਿ ਤੂੰ ਮੇਰੇ ਦੁਸ਼ਮਣ ਤੋਂ ਰਾਹ ਪੁੱਛ ਕੇ ਨਜਫ ਵੰਜੇ। ਬੀਬੀ ਜੀ ਮੈਂ ਸਹਿ ਨਹੀਂ ਸਕਦੀ, ਹੁਸੈਨ ਦੇ ਮਰੀਂਦੇ ਭੈਣ ਤੂੰ ਖਲੈ ਕੂਕਾ ਮਾਰ ਕੇ ਅੱਬਾਸ ਰੁਨਣ, ਦਿਨ ਕੀ ਕਰਾਂ ਮੈਂ, ਇਤਾਅਤ ਕਰਨਾ ਹੁਸੈਨ ਦੀ, ਮੈਂ ਮੁਤੀਏ ਹੁਸੈਨ ਆ।
میں اتنا ہی نہیں آکھ سکدا خیام کیوں پٹا، میں جدی گل دے اگو کیوں نہیں کر سکدا، میں کیویں آکھاں؟ مینوں اجازت دے میں اپنے حرم نو نجف لے وینا، اے جو دھمی والے دے حسین دے پے مرین دے کائی لاش مینوں آکھی سمجھ آیا، کئی وہ نال نویکلی سنگت ہے، کئی وہ دھیاں ودا کریندا ہے، ہر زخمی نو چھڑا میڑا ویندا ہے تے اگو لوگ مرین دے ود جلے تیرے کول آمدا ہے زخم والی رت روک کے آمدا ہے، مینو پتا ہے تینوں میرا مزاج نہیں سمجھ آنا جی میں اج پڑھتا پیا، جی بندے سیدھی سادی ذاکری سن دین او مینو یاد ہی ہے میں ہی کریں دا، مگر میرا دل آئی تو شعور دے منا اطاعت دا، جتنے تائیں شعور نائی تا جنو شعور آئے ہور کیا کیتا ہے، شعور نہیں آیا تو حسین دی صف دے اگو اگو لگایا ہے ہو محمل رکیندہ آیا ہے حسین دے گھوڑے دی واہ کے چاہتا پا لیا، جلے کربلا آیا زمین خرید لئیے تھے خیام پٹوا کے دھوپتے ہی لوا لے، اطاعت دا شعور کوئی نہیں، جلے شب عاشور لتھی ہے تھے رات ڈھلی ہے دریا دی منتے آیا ہے علی دیاں دیاں دی کوکاں سن کے آدھا اے کیوں جی دین آئی جس سے علی دیاں دیاں رونیاں، میں کتھے ودا جو آل رسول پہ رون دیئے آل تائیہ ہی مصطفیٰ دی میں جری جنگلن چھو والد دیتی ہے، ادھا ہووے نہیں تو وضو کر کے نماز پڑھنا، جڑے بندے مفت سنن آئے بیٹھے ہو میں کوئی ٹینشن نہیں، جڑا بندہ داد دے وے نہ دے وے میں کوئی ضرورت نہیں، میں اس داد تے راضی ہیں جس تے آل محمد داد دے من، پہاڑ جڑا لفظ جا سمجھا ونجی تے پانی دیا لہرن چو ہتھ کی تز وضو کان یا لہرن چو آواز آئی ہور ایڈے وڈے کم کرنے ون ملکیت اپنی ہوئے، مرین دا میرا پترے پانی میرے نال وضو کرنے کون دریاما دے مالک ہون دا دعویٰ کرنا لی فرمایا مباہ لے علی بطولا، بی بیا کیا میرے پانی نال وضو کیوں کرنا دا دل بے چینے دل کیتا ہے وضو کر کے نماز تا پڑا چاہا، تو سو سال میرے اگوٹھی کے رماتم کرنا پر تنو سمجھ جو نہیں آمنی جملہ ایڈا وزنی ہے، شالا سمجھ لیں سن لیں پچھے دورائیں ضرور، بی بی آدھی وضو کر کے جو نماز پڑھنا ہے کہیں دسے آئی میں نراز ہوا تا نماز ہو گئی دیئے، میری ذاکری دی دنیا دے جملے حکمنے اے ہکا سطر حکمنے بطولہ دیئے کہیں دسے آئی میں نراز ہوا نماز ہو گئی دیئے، اطاعت دا شعور نہیں بندیاں نو، اے تسا حسین تے دی اولاد دے پیار اچ روندے ہو عشق اچ نہیں، اگر عشق اچ عشق حسین دا پتہ لگے تو جے دا 6 مہینے دا پوترے جی دامی دی رات ریت تے سمائی بیٹھی زمین تے سما گیا جی بیٹھی جی تو ٹر سکیا تو میرا کربلا حصہ تے پورا ہو ونجے، تو ٹر سکیاں تو میرے اطاعت دا حق پورا ہو ونیا، اصغرا مار نہ سکیاں کوئی تیر تکھا میاں، اے تے تینوں مان آ جائیں سمجھ نہیں ہے، 13 سال دے بال دی ماں میں جو جی نے تو سندا بھائی میں ممبر چھوڑ دے سا، میں تے کئی سمجھ نہیں پی لگدی، میں ہن تے جڑی ذاکری کیتی او تے مینوں پتہ ہے تیرے سنن دے مینوں پتہ ہے، جڑا کچھ ہن پہ پڑھنا ہے تیرے شعور دے معیار دا کلام ہے، 13 سال دے پتر نو ماں کھلیا دی تے مینوں پتہ ہے تیرے پیر رکاباں تائی نہیں اپڑ دے، میں تیری ماں ہو کے تیری منت کرے نہیں ہاں، جتنی دیر تینوں پتہ لگے نا میں جینا تو گھوڑے تو جھنے نہیں، اما یہ دا کیا فائدہ ہو سی، ماں پوتر دا منہ چم کے دی ہو سکتا ہے تو کہنو مار نہ سکسے، جتنے تیر تے نیزے کھا سکے نہ کھاویں جیڑے ہتھیار تیتھے لگ ویسے نو حسین بچ ویسے، کہنو سنا ماں مجلس اس رنگ چی نہیں سنتا تھا کہ دو رنگ چی سنا ماں، عبداللہ بن نمیر ڈاکو نو علی اکبر لمن گئے
ਘੋੜੇ ਦੀ ਵਾਗ ਪਕੜ ਕੇ ਅੱਗੋ ਅੱਗੋ ਦੌੜਦਾ ਆਉਂਦਾ ਤੇ ਹੱਸਦਾ ਆਉਂਦਾ ਕਿਹੜਾ ਬਖਤਾਂ ਵਾਲਾ ਮਾਸ਼ਰ ਜਾਕਸਾਂ ਕਰੀਮ ਅੱਲਾ ਮੈਂ ਉਹ ਹਾਂ ਜੇ ਆਪਣੇ ਦੌਰ ਦੇ ਮੁਹੰਮਦ ਦੇ ਘੋੜੇ ਦੀਆਂ ਵਾਗਾਂ ਨੱਪੀਆਂ ਦੌੜਦਾ ਆਉਂਦਾ। ਅਗਰ ਤੈਨੂੰ ਅਗਲੀ ਲਾਈਨ ਸਮਝ ਆ ਵੇ ਜਿਹੜੇ ਕਰਬਲਾ ਦੇ ਦਾਖਲ ਹੋਏ ਡਿੱਠਸ ਸ਼ਹਿਜ਼ਾਦਾ ਸਲਵਾਤ ਬੁਲੰਦਾਬਾਦ ਬੋਲੇ ਨਹੀਂ ਅਤਾਤ ਦੇ ਬਾਰੇ ਦੋ ਜੁਮਲੇ ਖਿਲਾ ਦਾਂ। ਇਮਾਮ ਹੁਸੈਨ ਅਲੈਹ ਸਲਾਮ ਕਰਬਲਾ ਫਰਮਾਇਆ ਹਲ ਮਿਨ ਨਾਸਿਰਨ ਯਨਸੁਰਨਾ, ਉਹ ਜਿਹੜੇ ਇਮਾਮ ਦਾ ਸਾਡੇ ਨਾਲ ਮੁੱਕਾ ਨਹੀਂ ਤਾਂ ਕਿਆਮਤ ਰਹਿਣਾ।
ਜਿਹੜੇ ਜਿਹੜੇ ਬੰਦੇ ਹੁਸੈਨ ਦੇ ਇਸ ਸੱਡ ਤੇ ਅਤਾਤ ਕਰਨੀ ਹੈ, ਉਹ ਹੁਣ ਕੀ ਕਰੇਂਦਾ? ਜਾਂ ਮਜਲਿਸ ਕਰਵਾਉਂਦਾ, ਜਾਂ ਮਜਲਿਸ ਦੇ ਵਿੱਚ ਆਉਂਦਾ, ਜਾਂ ਜਲੂਸ ਸ਼ਾਮਿਲ ਹੁੰਦਾ, ਜਾਂ ਮਾਤਮ ਕਰੇਂਦਾ? ਉਸ ਹਲ ਮਿੰਨਾ ਸਿਰਨ ਯੁਨ ਸਰ ਨਾ ਦੀ ਆਵਾਜ਼ ਦੇ ਸਿਲੇ 'ਚ ਇਹ ਅਤਾਤ ਹੈ, ਕਰਬਲਾ ਨੂੰ ਜ਼ਿੰਦਾ ਰੱਖਣਾ। ਮੈਂ ਮਸਾਹਿਬ ਦੀ ਤਰਜ਼ ਪਿਆ ਪੜਦਾਮ ਤੇ ਅਚਾਨਕ ਬਸ ਛੇਕੜੀ ਜੁਮਲਾ ਸ਼ਾਇਦ ਇੰਨੇ ਮੁਕੱਦਰ ਚ ਹੇਤ ਅਬਦੁੱਲਾ ਬਿਨ ਨੁਮੈਰ ਡਾਕੂ ਹੁਸੈਨ ਦੀ ਝੋਲ ਦਾ ਮਾਨ ਹੀ ਕਹਿਣ ਨਹੀਂ ਆਉਂਦਾ, ਜੇ ਅੱਲਾ ਦਾ ਨੇ ਮੇਰੀ ਪਨਾਗਾਹ ਹੈ ਚਾ ਵਜੋ। ਇਮਾਮ ਹੁਸੈਨ ਦਾ ਜੁਮੇ ਦਾ ਖੁਤਬਾ ਪੜੋ ਅਸ਼ੂਰਾ ਦੇ ਦਿਨ ਦਾ, ਇਮਾਮ ਮਜ਼ਲੂਮ ਫਰਮਾਇਆ ਜਿਹੜਾ ਅੱਲਾ ਦਾ ਨਾ ਮੇਰੀ ਪਨਾਹ ਗਾਹ ਚ ਆ ਵੰਜ, ਉਸ ਪਨਾਹ ਗਾਹ ਦਾ ਨਾਮ ਮੈਂ ਹੁਸੈਨ ਆ। ਤੇ ਸਭ ਤੋਂ ਕਰੀਬ ਤਰੀਨ ਹਨ ਹੁਸੈਨ ਦੀ ਪਨਾਹ ਗਾਹ ਚ ਉਹ ਜਿਹੜੇ ਹੁਸੈਨ ਦੇ ਆਪਣੇ ਲੱਗਦੇ ਨੇ। ਕਰਬਲਾ ਵੰਜਣਾ ਤਾਂ ਜਿਹੜਾ ਸਲਾਮ ਲਿਖਿਆ ਹਬੀਬ ਇਬਨ ਮਜ਼ਾਹਿਰ, ਅਸਲਾਮ ਅਲੈਕ ਯਾ ਕਮਰੇ ਜ਼ਹਰਾ, ਹਬੀਬ ਇਬਨ ਮਜ਼ਾਹਿਰ ਅਲ ਅਸਦੀ ਜੋਲੀ ਚ ਸਰ ਰਾਈ ਜਲੇ ਅਕਬਰ ਦੇ ਬਾਬੇ ਨੇ ਸੱਦ ਸੁਣਿਆ ਮਾਂ ਦਾ, ਕਮਰੇ ਜ਼ਹਰਾ ਹੁਸੈਨ ਦੇ ਨਮਾ ਮੈਨ ਸਦੇ ਬੀਬੀ ਦੀ, ਨਹੀਂ ਮੈਂ ਆਪਣੇ ਚੰਨ ਹਬੀਬ ਨੂੰ ਸਦੇ। ਪੁੱਤਰ ਦੇ ਝੋਲੀ ਚ ਹਬੀਬ ਇਬਨ ਮਜ਼ਾਹਿਰ ਦਾ ਸਾਰੇ ਤੇ ਬਤੂਲਾ ਦੀ ਹਬੀਬ ਤੂੰ ਮੈਂ ਜ਼ਹਰਾ ਦਾ ਚੰਨ ਹੈ। ਹੁਣੀ ਕਰਬਲਾ ਵੇਖ ਲਿਖਿਆ ਖਾਲਾ ਗੱਲ ਅਤਾਤ ਦਾ ਮਿਆਰ ਹੈ, ਜਿਹੜਾ ਉਤਰਿਆ ਅਤਾਤ ਦੇ ਮਿਆਰ ਤੇ ਉਹਨੂੰ ਸਿਲਾ ਮਿਲਿਆ ਹੈ। ਕਰਬਲਾ ਡਾਕੂ ਜੋ ਆਇਆ ਹੈ ਅਲੀ ਅਕਬਰ ਦੇ ਘੋੜੇ ਦੀ ਲਗਾਮ ਪਕੜੀ ਵਧੇ, ਜਿਹੜੇ ਕਰਬਲਾ ਦਾਖਿਲ ਹੋਇਆ ਨਾ ਅਚਾਨਕ ਸ਼ਹੀਦਾਂ ਦੇ ਖਿਆਮ ਨਜ਼ਰ ਆਏ ਸੋ ਪੁੱਛਦਾ ਯਬਨ ਰਸੂਲੁੱਲਾ ਖੈਮੇ ਕਹਿੰਦੇ ਨੇ ਅਲੀ ਅਕਬਰਾ ਦਿਨ ਮੇਰੀਆਂ ਫੁੱਫੀਆਂ ਦੇ ਕਰਬਲਾ ਦੀ ਰੇਤ ਚਾਹ ਤੇ ਸਿਰ ਚ ਪਾ ਤਿਆ ਦਾ ਬੈਠਾ, ਜੰਨਤ ਮੁਸ਼ਕਿਲ ਹੋ ਗਈ। ਅਲੀ ਅਕਬਰ ਪਕੜ ਕੇ ਲਾਇਆ ਨਾ ਖਿਆਮ ਤੱਕ, ਇਮਾਮ ਹਾਨ ਅੱਲਾ ਕਹਿ ਦੇਣ ਖੈਰ ਏ ਅਬਦੁੱਲਾ ਕਿਉਂ ਮੁਸ਼ਕਿਲ ਹੋ ਗਈ, ਜਦੋਂ ਮੈਂ ਜ਼ਾਮਿਨ ਹੋਵਾਂ ਉਸ ਲਈ ਰੁਨਾ ਇਬਨ ਨੁਮੈਰਾ ਦਾ, ਮੈਂ ਮਨੇ ਨਾ ਮੈਂ ਜੰਨਤ ਲਗਾ ਵਈ ਸਾਂ, ਮਗਰ ਇਹਨਾਂ ਅੱਖੀ ਨੂੰ ਸ਼ਰਮ ਨਾ ਉਸੀ ਜਿਨ੍ਹਾਂ ਅਲੀ ਦੀਆਂ ਧੀਆਂ ਦੇ ਖੈਮੇ ਹੀ ਡਿੱਠੇ ਨਾ ਤੇ ਅੱਜ ਜੰਨਤ ਹੀ ਪਈਆਂ ਵੇਦੀਆਂ ਨੇ। ਗੱਲ ਪਿਆ ਕਰੇਂਦਾ ਹੀ ਅਚਾਨਕ ਦੋ ਸ਼ਾਹਜ਼ਾਦੇ ਬੋਲੇ, ਮਾਮਾ ਅਬਦੁੱਲਾ ਸੱਜੇ ਖੱਬੇ ਵੇਖ ਕੇ ਤਾਂ ਕੌਣ ਜੰਗਲਾਂ 'ਚ ਮੈਨੂੰ ਮਾਮਾ ਸਦੇਂਦੇ, ਅਸਾਂ ਆਲੀਆ ਦੇ ਪੁੱਤਰ ਹੈ, ਸਾਡੀ ਮਾਂ ਸਲਾਮ ਪਈ ਦਿੰਦੀ, ਤੇਰੀ ਤਵੱਜੋ ਹੀ ਕੋਈ ਨਹੀਂ, ਨਹੀਂ ਸੁਣਦਾ ਤਾਂ ਮੈਂ ਲੈ ਵੇਂਦਾ, ਮੈਨੂੰ ਵੀ ਕੋਈ ਟੈਨਸ਼ਨ ਨਹੀਂ, ਮੈਂ ਨਾ ਕੋਈ ਸਟੂਡੈਂਟ ਜਾਗ ਕੇ ਨਾ ਮੈਂ ਹੁਣ ਮਜ਼ਮੂਨ ਪਕਾਵਣਾ ਹੈ। ਜੇ ਲੱਗੇ ਨਾ ਮੇਰੀ ਮਾਂ ਸਲਾਮ ਪਈ ਦਿੰਦੀ ਹੈ, ਜੰਪ ਲਾ ਤੇ ਉੱਠਿਆ ਤਾਂ ਕੌਣ ਮੈਨੂੰ ਜਹੰਨਮ ਗੱਲ ਸਕਦਾ ਹੈ ਜਿਹਨੂੰ ਅਲੀ ਦੀ ਧੀ ਬਿਰਾ ਸੱਡੇ। ਜੀ ਅੱਲਾ ਭਾਵੇਂ ਕੋਈ ਲੰਬੀ ਚੌੜੀ ਨਹੀਂ, ਬਸ ਪੰਜ ਤੋਂ ਸੱਤ ਮਿੰਟ ਦਾ ਹੋਰ ਮਸਾਇਬ ਇਸੇ ਤੇ ਛੁੜੇ ਨਾ। ਕਰਬਲਾ ਹੁਸੈਨ ਭੈਣਾਂ ਕੋਲ ਬੈਠਾ, ਜਿਹੜੇ ਬਾਹਰੋਂ ਹਰਾਮੀ ਉੱਚਾ ਉੱਚਾ ਬੋਲਣ, ਹੁਣ ਭੈਣਾਂ ਦੇ ਓਲੇ ਲੁਕਣਾ ਜਿਹੜੇ ਫੌਜ ਮੁੱਕ ਗਈ ਹੈ। ਗੱਲ ਸੁਣ, ਬਾਹਰ ਹੁਸੈਨ ਜੰਗ ਵਧਾ ਕਰੇਂਦੇ ਨੇ, ਫੌਜ ਵਧੇ ਲੜੇਂਦੇ ਨੇ, ਭੈਣਾਂ ਨੂੰ ਕੋਈ ਨਹੀਂ ਪਤਾ ਜੋ ਲੋਕ ਇੰਨੀ ਬੁਲੇ ਸਨ, ਜਿਹੜੇ ਭਾਈਵਾਲ ਭੈਣ ਸੁਣਿਆ ਨਾ ਜੋ ਇੱਕ ਹਰਾਮੀ ਆਦਾ, ਹੁਣ ਭੈਣਾਂ ਦੇ ਓਲੇ ਲੁਕਣਾ, ਤੂੰ ਬਹਿਰਾਨਾ ਜਾਂ ਅਸਾਂ ਦੇ ਰਾਹ ਵਜਾ ਉੱਠੀ ਖਲੀਏ। ਬੀਬੀ ਆਦੀ ਕੀ ਹੋਇਆ, ਤੇਰੀ ਫੌਜ ਮੁੱਕ ਗਈ ਹੈ, ਤੂੰ ਅਲੀ ਨਹੀਂ ਹੋ, ਇੱਕ ਹਮਲਾ ਤਾਂ ਕਰ, ਇਹੋ ਜਿਹਾ ਹਮਲਾ ਕਰ ਜੋ ਮੈਂ ਬਾਜ਼ਾਰਾਂ 'ਚ ਆਖਸਾਂ ਮੇਰੇ ਹੀ ਲੜਦੇ ਹਾਂ। ਨਾ ਦੇ ਅਲੀ ਪੜ ਕੇ ਉੱਠੇ, ਇਜਾਜ਼ਤ ਨਹੀਂ ਪੜਨੀ, ਕਮਰ ਝੁੱਕੀ ਹੋਈ ਆਈ ਨੋਨ ਵਾਂਗ ਵੱਲਫ ਵਾਂਗ ਹੋ ਗਈ। ਸੱਜੇ ਖੱਬੇ ਵੇਖ ਕੇ ਦਿਨ ਮੇਰਾ ਘੋੜਾ ਕਿੱਥੇ, ਰਾਹਵਾਰ ਅਚਾਨਕ ਡਿੱਠਾ ਤਾਂ ਮਾਸੂਮਾ ਲੈ ਕੇ ਆ ਗਈ, ਡਿੱਠਾ ਤੇ ਰਗਾਵਾਂ ਜ਼ੀਨ, ਇਹ ਤਾਂ ਹਾਲਤ ਹੀ ਕੋਈ ਨਹੀਂ ਹੈ, ਕਹੇ ਤਿਆਰ ਕੀਤਾ ਹੈ ਬਾਬਾ ਜੀ ਰੰਜ ਨੂੰ, ਮੈਂ ਤਾਂ ਦੱਸਾਂ ਅਬਾਸ ਦੀ ਗਰੀਬ ਭੈਣ ਬਣਾਏ, ਕਹਿ ਸਿਖਾਇਆ ਸੱਤਵੀਂ ਦੀ ਦੀਗਰ, ਜਿਹੜੇ ਖਿਆਮ ਪਟਵਾਇਆ ਨਹੀਂ ਨਾ ਘੋੜਾ ਚਾਚਾ ਮੇਰਾ ਘਰ ਲੈ ਆਈ,
بھرن وادا سکھ لائے دامی جی دیگر ایک گھوڑے سوار آسی جن دیا چڑھاوان والا کوئی نہ ہو سی واگا ترٹیاں ہی اسے نظیم جھکی ہو سی اسے تیار کیتا جنت البقیہ دیر منہ کر گیا تھا اما ام البنین دی اولاد دے احسان میں حسین کتے کتے کربلا دا پہلا شاہ سوار حسین جے گھوڑے تے چڑھ کے حملہ کیتا پہلا مجاہد حسین جڑا مرندا ہی ودا ہے تے روندا ہی ودا ہے ٹھیک ہے میں غلط پڑ گیا سا تیرے کول تاریخ ٹھیک ہو سی میں دسے جا پہلا مجاہد کربلا جڑا مرندا ہی ودا ہے تے روندا ہی ودا ہے ہر حملے تے آدھا ودا ہے کتھے میرے اکبر دا قاتل کتھے میرے قاسم دے قاتل کتھے ہو میرے عباس دے بازو قلم کرن والا کتھے میرے علی اصغر نو تیر مارن والا کتھے ہو میرے اکبر نو برچی مارن روندا ہی ودا تے حملے ہی ودا کرے لتری ویری یا گدنا اللہ اکبر خیمے ج بہن زمین تے جان پیا دی زخمی آئی لڑدا تے ودا نال ال حجرے چ آواز آئی زخمی آئی مالک جو آئی تاں ودا لڑدا میرا ترائے دے اڑے خیام دے بارو ہتھ جڑیندا وتے مینوں اک حملہ تے کرن دے قبول ہو گئی اتنا ہی میں پڑھنا ہے ہائے نکل ونجے بانی دی پھوڑی قبول ہو ویندی ہے میں نہیں عادت اٹھ کرو یا ماتم کر کربلا ایک عام کہانی نہیں جن سن کے تو بس کربلا گزر گئی کہانی ہے نا کہانی نہ پہ اکھے غیرت مند نو غیرت لبدی ہے دھی والے نو عزت لبدی ہے برکے والے نو برکا لبدا ہے نمازی نو نماز لبدی ہے روزے دار نو روزہ لبدا ہے اسلام دا ہر رکن تینو کربلا چو لبسی سر اچا چا کربلا کیا ہے انج بھلاویں نہ پیا جنگ کریندے کریندے ایک بندے دی گردن تے حسین تلوار رکھی او کمبن لگ پیا تلوار سٹ کے تے حسین علی اکبر دا قاتل چھوڑا ہے عباس دا چھوڑا ہے مینوں مرے نہ میں تے 13 سالاں دا بال مارے جڑے بندے دا دل نہ میں گھر تک کروں سر اچا چا جی روز پڑی ہوئے سمندوانے دن ذاکری نہیں ہم دی پہاڑ جیتا لفظ جی سمجھا ونجی تجلے تلوار سٹی دن میں تا بال مارے آئے حسین اور گردن تو تلوار چاہتے کوکا مار کر انہوں جو فوج نسم علی موڑ کے ویکھن لگ گئی روندہ کیوں کلا ہے کوکا مار کے آدھا ہے تو سا میرا اکبر مارے آئے میں گھر گیا تو سا میرا عباس مارے آئے میں گھر گیا تو سا میرا اصغر مارے آئے میں گھر گیا اور جیڑے ویلے دا تو سا میرا قاسم مارا ہے میری دی برکا پا گیا دی کھلی اماں جلے بابا ویڑے آوے میں ایک گل کرنی ہے پردیس جدن شریف تے غریب دیاں ڈاڈیاں اجڑ پمن تے کائی شے قیمتی دی لوڑ ہوے وت او پیکیاں تو منگدیاں نے او غریب بابا میں بیوہ ہو پیاں میرا 13 سالاں دا شوہر پامال ہے میں قبر دی جا نہیں منگدی شہر جو اکبر دا ہے اکبر تو اجازت لے دے ایک گڈڑی دی جا دے وے جتھے میں قاسم رکھ لواں کربلا دے شہیداں چ پہلا امیر قاسم شہید ہے ہر شہید حسین پورا چاہیا ہے تے جلے گٹھڑی آ رکھی نہ بھر جائی دے گو بی بی دی 13 سال دا پوتر گلے آئی میدان جلے گلے آئی وقت اے کی آندئی سیدہ دا دنیا تے قانون ہے جلے کوئی قربانی دیندا ہے نا قربانی اچ مالک نو تریا حصہ بچدا ہے تول لائے اللہ تیری قربانی انج پسند کیتی ہے دو حصے اللہ کٹھے رکھ لے نے تریا دے کے آتا ہے حسن دا امیر آئی من ودی امارت پسند واہ 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 جڑے بندے کربلا بنائی بیٹھے ہو اج شام میں غریب بندہ ٹائم ہو گئے انہیں انہیرا آئی جلے لٹین دے آن دے ہک بیدر وے کے ہس دے آن نہ کوئی چھڑا ون اللہ نے نہ کوئی کہے نہ روکن اللہ جی میں دل لو لٹ لو انہ کوئی نیتے انہیں بے وارے سومنا کچھ بدے انہوں مسائب جلے سمجھنا ہوئے نا شام غریب دا میں کدی کدی اوکھو کے بد دعا کرنا لگ وینا جنہوں شام غریب دا رومن نہیں ہم دا دنیا بھولو ونجے خاص کر سیدہ نو شام غریب دا نہیں بھولو سکتی تے جنو بھولو بنجے میں نو وانا شالا تیری ایسے لکائی جنگلہ چکلی رائے بنجے
ਚੌਗਿਰਦ 9 ਲੱਖ ਹੋਵੇ ਤੇ ਕੱਲੀ ਖਲੀ ਆਦੀ ਹੋਵੇ, ਮੇਰਾ ਜ਼ਾਮਿਨ ਹੀ ਕੋਈ ਨਹੀਂ, ਮੇਰੇ ਬਾਲ ਦਰਈਦੇ ਨੇ, ਮੈਨੂੰ ਮਰੇਂਦੇ ਨੇ, ਮੇਰੇ ਯਤੀਮ ਸਮਣ ਰਜਰਨੀਆ ਸਣੀ ਨਾਰ ਕੀ ਨਗਰੀ ਛੁੜੇ ਢੇਰ ਨਹੀਂ ਦੋ ਭੈਣ ਜ਼ੈਗਮ ਲੱਕੀ ਜ਼ਾਕਰੀ ਦੀ ਦੁਨੀਆਂ ਦਾ ਮਨ ਫਰਕ ਲੈਣਾ ਦਾ ਭੈਣ ਨੂੰ ਏਡਾ ਰੁਲਾਇਆ ਨੇ ਜੋ ਭੈਣ ਪੂਰਾ ਪਹਾੜ ਮਕਤਲ ਚ ਵਹਿ ਕੇ ਅਧਿਆਈ ਲੱਭਦਾ ਨਹੀਂ ਕਈਆਂ ਲਿਆ ਦੀ ਆਈ ਮੈਂ ਉਹ ਭੈਣਾ ਜਿਹਦੇ ਕਾਨ ਉੱਠਦਾ ਮੈਂ ਅੱਜ ਗੁਰਖਾ ਹੀ ਕੋਈ ਨਹੀਂ ਮੈਨੂੰ ਸੁਣਨੇ ਦਈ ਕੋਈ ਨਹੀਂ ਆਦੀ ਖੜੀ ਹੈ ਜੈਨੂੰ ਬੁਰਕੇ ਨਾਲ ਪੇਸ਼ੀ ਛੋੜ ਆਇਆ ਏ ਮੈਂ ਉਹ ਤੇਰੀ ਭੈਣਾ ਤੇਰਾ ਕਾਤਲ ਬੁਰਕਾ ਲਾ ਗਏ ਜਿਗਰ ਸੰਭਾਲ ਭੈਣਾ ਖਾਂ ਦੀਗਰ ਭੈਣ ਪੁੱਛਦੀ ਆਈ ਲੱਭਦਾ ਨਾਈ ਯਾਰਾਂ ਨੂੰ ਰੱਸੀਆਂ ਪਾ ਕੇ ਆਈ ਹੈ ਲੱਭਦਾ ਨਾਈ ਬਾਹਰਾਂ ਨੂੰ ਕੂਫੇ ਤੁਰ ਗਈ ਦੀਗਰ ਪਿਉਂਦੀ ਆਈ ਹੁਸੈਨ ਦੀ ਮਕਤਲ ਚ ਸਭ ਤੋਂ ਪਹਿਲੂ ਜਿਹਨੂੰ ਹੁਸੈਨ ਦੀ ਲਾਸ਼ ਲੱਦੀ ਹੈ ਉਹ ਇੱਕ ਅੰਗਰੇਜ਼ ਔਰਤ ਮਰਦਾਂ ਨੂੰ ਆਦੀ ਹੈ ਭੱਜ ਜਾਓ ਅਕਬਰ ਦੀ ਲਾਸ਼ ਤੇ ਜੋ ਆਈ ਹੈ ਆਦੀ ਹੈ ਕਈ ਮਸਲਾਂ ਦੇ ਮਰੀ ਗਏ ਆਓ ਪਤਾ ਕਰਾਏ ਕੌਣ ਹੈ ਇੱਕ ਮਰਦਾ ਦਾ ਜਵਾਨ ਦੇ ਸੀਨੇ ਤੇ ਖੱਤ ਚਾਵਣ ਨਹੀਂ ਦਿੰਦਾ ਆਦੀ ਹੱਜ ਜਾਓ ਤੁਹਾਨੂੰ ਲਵਣ ਦਾ ਵਾਲ ਨਹੀਂ ਆਉਂਦਾ ਦੋ ਜਾਨੋ ਮਿੱਟੀ ਤਬਾਹ ਕੀ ਆਦੀ ਹੈ ਉਸੇ ਦਾ ਵਾਸਤਾ ਹੀ ਜੈ ਲਿਖਿਆ ਹੀ ਹੱਥ ਦੇ ਚਮਣਾਈ ਤੇ ਖੱਤ ਤੇ ਨਿਗਾਹ ਪਈ ਹੈ ਆਦੀ ਹੈ ਇੱਕ ਖਬਰ ਲੱਗੀ ਹੈ ਕਾਈ ਵਤਨ ਤੇ ਭੈਣੇ ਜਿਹੜੀ ਆਦੀ ਹੈ ਜਦਣ ਦਾ ਮੈਨੂੰ ਮਹਿਮਲ ਤੁਲਾ ਲਈ ਮੇਰੀ ਬਿਨਾਈ ਜੀ 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 ਮੇਰੀ ਸੈਣ ਰਾਜ਼ੀ ਹੋ ਗਈ ਗੁਰਬਤ ਦੀ ਹੱਦ ਵੇਖ ਜ਼ੈਗਮ ਅਬਾਸ ਜਿਹੜੇ ਇਸੇ ਲਈ ਨਾ ਰੁਨੇ ਦਸਵੀਂ ਯਾਰੀ ਦੀ ਰਾਤ ਨਾ ਰੁਨੇ ਕਦਰ ਰੋਸ਼ਨ ਮਰਦਾਂ ਨੂੰ ਆਦੀ ਆਓ ਪੱਥਰਾਂ ਦੇ ਢੇਰ ਚ ਲੱਗਦਾ ਏ ਕੋਈ ਸਰਦਾਰ ਏ ਇਹਦਾ ਸੰਜਾ ਚ ਬਾਹਰ ਕੱਢੋ ਅਰਬ ਦੇ ਬਾਦਸ਼ਾਹ ਦਾ ਕਾਨੂੰਨ ਏ ਹੱਥ ਚ ਅੰਗੂਠੀ ਨਾਲ ਮੋਹਰ ਲੈਂਦੇ ਨੇ ਜੇ ਹੱਥ ਕੱਢਿਆ ਨਾ ਜੇ ਵੇਖਣ ਤਾਂ ਉਂਗਲੀਆਂ ਚਾਰ ਪਹਿਲਾ ਮਾਤਮ ਫਰੰਗਾ ਕਰਕੇ ਆਦੀਏ ਇਹਦਾ ਗਰੀਬ ਜਿਹਨੂੰ ਕਤਲ ਤੋਂ ਬਾਅਦ ਲੁਟੇਂਦੇ ਰਹਿਣ ਓਏ ਮੁੰਦਰੀ ਲਹਾਵੇ ਨਾ ਤੇਰੀ ਉਂਗਲ ਕਿਉਂ ਲਾ ਅਜੇ ਰਕਮ ਲੱਲਾ ਮੇਰੀ ਸਹਿਣ ਰਾਜ਼ੀ ਬਸ ਹੋ ਗਈ ਮਜਲਿਸ ਮੇਰੇ ਬਾਅਦ ਹੀ ਮੈਂ ਆਪ ਪੜਨਾ ਛੇਕੜੀ ਵਾਹਣ ਮਕਤਲ ਚ ਮਰਦਾਂ ਨੂੰ ਆਦੀ ਵਧੀਆ ਪਤਾ ਕਰੀਏ ਕੌਣ ਆਈ ਜਲਿਆ ਖੈਮੇ ਵੇਖ ਕੇ ਆਦੀ ਕੱਲਾ ਨਹੀਂ ਪੀਂਗੇ ਜਲੇ ਵੇਖ ਕੇ ਆਦੀ ਇਹਦੇ ਦੁੱਧ ਪੀਂਦੇ ਹੀ ਨਾਲ ਨੌ ਮੀਲ ਦੂਰ ਜਾ ਗਈ ਹੈ ਮਰਦਾਂ ਨੂੰ ਆਦੀ ਹੈ ਇਹਨਾਂ ਦਾ ਜਰਨਲ ਜੀਂਦ ਹੋਵੇ ਮੈਂ ਪੁੱਛਾਂ ਇਹਦੇ ਬਾਲ ਹੀ ਕੋਈ ਮੈਦਾਨ ਖਲੈਂਦਾ ਮਕਤਲ ਚ ਆਵਾਜ਼ ਆਈ ਹੈ ਜਿਹੜਾ ਡਿੱਠੇ ਨੀ ਹੋ ਬਹੁ ਵੱਡੇ ਜਿਹੜਾ ਸੀਨੇ ਹੇਠ ਲੁਕਾਈ ਪਿਆ ਜਾ ਬੋਲੀ ਨਹੀਂ ਬੁਲੈਂਦਾ ਛੋੜ ਦੇਵਾਂ ਜੇ ਥੱਕ ਗਏ ਬਣੀ ਅਸਦ ਦੇ ਲੋਕਾਂ ਤੂੰ ਪਤਾ ਲੱਗਾ ਸ ਮਦੀਨੇ ਦੇ ਸਰਦਾਰ ਹਨ ਭਾਜ ਪਈ ਅਚਾਨਕ ਡਿੱਠਾ ਹੈ ਇੱਕ ਸ਼ਹਿਰ
ਜਿਹੜਾ ਪੱਥਰਾਂ ਦੇ ਢੇਰ ਨਾਲ ਗਾਈ ਕਲ ਕਰਦਾ ਟਕਰਾ ਮਾਰ ਕੇ ਮਰ ਗਏ। ਵਾਜਪਾਈ ਆਦਿ ਹੈਵਾਨਾਂ ਨਾਲ ਬੋਲਣ ਵਾਲਾ ਤੂੰ ਤਾਂ ਕੋਈ ਈਸਾ ਤੂੰ ਸ਼ਾਨ ਵਧਾਈ ਵਧਾ ਕੇ ਆਖਿਆ ਮਰ ਕਿਉਂ ਗਿਆ ਸੈਯਦਾ ਮੈਂ ਖਲਿਆਈ ਵਾਂਗ ਮੇਰੀ ਭੈਣ ਦੀ ਮਦਦ ਕਰੇ। ਮੈਂ ਆਖਿਆ ਸੁਣਾ ਮੇਰੀ ਭੈਣ ਦਾ ਦੁਸ਼ਮਣ ਮਾਰੇ ਨੀ ਮੈਨੂੰ ਆਦਾ ਤੇਰੀ ਭੈਣ ਤੈਦਰੂ ਢੇਰ ਉਸ ਲਿਆ ਲਈਏ ਮੈਨੂੰ ਆਦੀਏ ਵਨ ਬਾਦਸ਼ਾਹ ਨੂੰ ਆਖ ਤੇਰਾ ਸ਼ੇਰ ਲੜਾਵਾ ਮੇਰਾ ਹੱਥ ਮਲੇਂਦਾ ਮੈਨੂੰ ਆਦਾ ਇਹ ਹਮਲਾ ਕਰਨ ਦੇ ਤੇਰੀ ਭੈਣ।